ਇਹਦੇ ਅੰਦਰ ਆਪਾਂ ਕੁੱਤੇ ਦੀ ਆਤਮਾ ਪਾ ਦੇਣੀ। ਗਾਣੀ ਰੋਕੋ। A few moments later. ਯੂਪੀ ਤੋਂ ਬਿਹਾਰ ਤੋਂ ਹੋਰ ਸੁਣਾ ਕਿੱਦਾਂ? ਠੀਕ ਹੈ, ਬੈਲਟ ਰੱਖ ਲਾ ਫਿਰ। ਰੱਖਣਾ ਪਊਗਾ? ਰੱਖ ਲਾ ਭਰਾਵਾ, ਰੱਖ ਲਾ। ਇਹਦੇ ਨਾਲ ਨਾ ਤੇਰਾ ਢਿੱਡ ਦਬ ਹੋ ਜਾਣਾ, ਪਸਲੀਆਂ ਜਿਹੜੀਆਂ ਫੇਫੜੇ ਨਾ ਸਾਰੇ ਵਿੱਚ ਵੜ ਜਾਣੇ। ਏਦਾਂ ਨੀ ਜਿੱਦਾਂ ਲਾਈ ਸੀ ਨਾ ਤੂੰ, ਓਦਾਂ ਨਾ ਫੇਫੜੇ ਵਿੱਚ ਵੜ ਜਾਣੇ ਜਿੱਦਾਂ ਤੂੰ ਲਾ ਦੀ ਸੀ। ਕੀ ਨਾਮ ਤੇਰਾ ਉਹਦਾ? ਸੰਜੇ। ਸੰਜੇ, ਸੰਜੇ ਦੱਤ? ਨਹੀਂ, ਦੱਤ ਕੋ ਚਾਹੇ। ਸੰਜੇ ਦੱਤ ਦੇ ਨਾਂ ਤੋਂ ਖੁਸ਼ ਹੋ ਗਿਆ ਮੁੰਡਾ। ਇੱਥੇ ਨਹੀਂ ਤੇ ਰੱਖਣਾ ਜਾਂ ਕਹੀਂ ਪਰਲੇ? ਹਾਂ, ਨਹੀਂ ਤੇ ਲੁੜਕੇ ਵਾਲੀ। ਕੀ ਕਰਦਾ ਹੁਣ? ਦਿਹਾੜੀ ਦੂੜੀ ਕਰ ਲੈਂਦੇ ਆ ਬਾਜੀ। ਦਿਹਾੜੀ? ਅੱਛਾ ਅੱਛਾ, ਦੇਖਿਆ ਹੈਗਾ ਬਾਜੀ ਤੈਨੂੰ? ਤੂੰ ਮੈਨੂੰ ਨਾ ਬਾਬਿਆਂ ਦੇ ਨਾਲ ਦੇਖਿਆ ਹੋਣਾ। ਇਹ ਗੱਡੀ ਬਾਬਿਆਂ ਦੀ ਆ। ਜਿੱਦਾਂ ਜਿਹਦਾ ਕਿਸੇ ਦਾ ਪਿਆਰ ਨਾ ਮਿਲਦਾ ਹੋਵੇ ਉਹਨੂੰ ਮਿਲਾਉਣ, ਉਹਨੂੰ ਮਿਲਾਉਣਾ ਆ ਆਪਸ ਵਿੱਚ। ਜ਼ਿਆਦਾ ਲੜਾਈ ਚੱਲਦੀ ਆ, ਜਿੱਦਾਂ ਘਰ ਵਾਲੀ ਤੰਗ ਕਰਦੀ ਆ। ਤੇਰਾ ਵਿਆਹ ਹੋਇਆ ਆ? ਤੈਨੂੰ ਤਾਂ ਨਹੀਂ ਤੇਰੀ ਘਰ ਵਾਲੀ ਤੰਗ ਕਰਦੀ? ਜਿੱਦਾਂ ਹੁਣ ਜਿੱਦਾਂ ਕਾਲਾ ਜਾਦੂ ਪਤਾ, ਜਿੱਦਾਂ ਕਈਆਂ ਨੇ ਜਿੱਦਾਂ ਰਾਤ ਨੂੰ ਕੋਈ ਗਲਾ ਫੜ ਲੈਂਦਾ ਉੱਤੇ ਪਿਆ, ਉਹ ਸਾਰਾ ਆਪਾਂ ਠੀਕ ਕਰ ਦਿੰਦੇ ਆ। ਆਪਣਾ ਨੰਬਰ ਦੇ ਦੇ, ਜਿੱਦਾਂ ਗੱਲਬਾਤ ਹੋ ਗਈ ਤੇ ਹੈ ਨੰਬਰ ਦੇ ਦੇ ਆਪਣਾ। ਨੰਬਰ ਦੇ ਦੇ, ਨੰਬਰ ਲੈ ਲਈ ਯਾਰ, ਕਿਹੜੀ ਗੱਲ ਆ? ਨੰਬਰ ਦੇ ਦੇ ਜਿੱਦਾਂ ਕੋਈ ਗੱਲਬਾਤ ਹੋ ਗਈ ਤਾਂ ਕਿੱਦਾਂ ਸਾਥ ਦੇ ਲਵਾਂਗਾ। ਚਲ ਠੀਕ ਹੈ। ਹੈਲੋ, ਹਾਂਜੀ, ਆਉਂਦੇ ਪਏ ਹਾਂ। ਤੁਸੀਂ ਇੱਦਾਂ ਕਰੋ ਨਾ, ਗੱਲ ਕਰਾਂ, ਮੇਰੀ ਗੱਲ ਕਰਾਂ, ਫੋਨ ਲਾਊਡ ਸਪੀਕਰ 'ਤੇ ਲਾ ਦੇ। ਏ ਤੇਜਸਵੀ, ਨਹੀਂ ਰੁਕ ਜਾ, ਤੁਹਾਡੇ ਕੋਲ ਮੈਂ ਇੱਥੇ ਕੁੱਕੜ ਹੈਗਾ ਨਾ, ਉਹਦਾ ਖੂਨ ਲਗਾਓ। ਹੱਸਣਾ ਨਹੀਂ, ਹੱਸਣਾ ਨਹੀਂ। ਮੇਰੇ ਨਾਲ ਹੈਗਾ ਇੱਕ ਮੁੰਡਾ ਆ, ਮੇਰੇ ਨਾਲ ਮੁੰਡਾ ਆ, ਮੁਰਗਾ ਜਿਹੜਾ ਮੈਂ ਵੱਢ ਕੇ ਆਇਆ ਸੀ, ਉਹਦਾ ਖੂਨ ਲਾਓ, ਉਹਦਾ ਖੂਨ ਲਗਾਓ, ਖੂਨ ਲਗਾ ਦਿਓ। ਹਾਂ 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 ਹਾਂ, ਹੁਣੇ ਟਿੱਕਾ। ਟਿੱਕਾ ਲਗਾ ਦਿਆ। ਉਹ ਟਿੱਕਾ ਤਾਂ ਲਗਾਇਆ ਨਾ ਜਿੱਥੇ ਹੁਣ ਆਪਾਂ ਜਾਣੇ ਪਏ ਹਾਂ, ਜਿੱਥੇ ਹੁਣ ਆਪਾਂ ਜਾਂਦੇ ਪਏ ਹਾਂ ਨਾ, ਉੱਥੇ ਨਾ ਉਹਦੇ ਵਿੱਚ ਨਾ ਭੂਤ ਆਏ ਪਏ ਆ। ਉਹ ਨਾ ਜੇ ਤੈਨੂੰ ਮੈਂ ਉੱਦਾਂ ਕਹਿ ਕੇ, ਤੈਨੂੰ ਮੈਂ ਉੱਦਾਂ ਬਿਠਾਉਣਾ ਬਈ ਆਪਾਂ ਭੂਤ ਫੜਨੇ ਆ, ਤੂੰ ਬੈਠਣਾ ਨਹੀਂ ਸੀਗਾ, ਹੁਣ ਤੈਨੂੰ ਮੈਂ ਬਿਠਾ ਲਿਆ, ਹੁਣ ਨਾ ਟਿੱਕਾ ਤੇਰੇ ਲਾਤਾ ਆ ਮੰਤਰ ਮਾਰ ਕੇ,
ਤੇ ਇੱਕ ਨਿੰਬੂ ਮੜਾ ਜਿਹੜਾ ਮੈਂ ਚੋੜੂੰਗਾ। ਭਾਈ ਤੇ ਇਹ ਗੱਲਾਂ ਤੂੰ ਪਹਿਲੇ ਬਤਾ ਦਿੱਤਾ ਯਾਰ, ਫਿਰ ਤੂੰ ਬੈਠਣਾ ਥੋੜੀ ਸੀਗਾ। ਨਹੀਂ ਤਾਂ ਮੈਂ ਇਹ ਕੰਮ ਤੇ ਨਹੀਂ ਪੜਤਾ ਹਾਂ ਯਾਰ ਭਾਜੀ, ਮੇਰੇ ਕੋਲ ਵਹੀ ਛੋੜਿਆ ਚੱਲ ਕੇ। ਆਹ ਦੇਖ ਆਹ ਨਿੰਬੂ ਹੁਣ। ਨਹੀਂ ਭਾਜੀ ਮੇਰੇ ਕੋਲ ਮੰਡੀ ਛੋੜਿਆ ਚੱਲ ਕੇ, ਆਪਾਂ ਇਹ ਕੰਮ ਨਹੀਂ ਕਰਦੇ ਯਾਰ। ਰੁਕ ਜਾ ਇੱਕ ਮਿੰਟ, ਮੇਰੇ ਕੋਲ ਫੋਨ ਕਰ ਲੈਂਦੇ। ਆਹ ਦੇਖ ਆਹ ਦੇਖ ਮੇਰਾ ਨਿੰਬੂ, ਰੁਕ ਜਾ ਇੱਕ ਮਿੰਟ ਰੁਕ ਜਾ, ਆਵਾਜ਼ ਨਾ ਕਰੀ ਹਲੇ। ਨਹੀਂ ਭਾਜੀ ਇਹ ਇੱਦਾਂ ਦੀ ਗੱਲ ਹੈ ਥੋੜੀ ਆ। ਆਹ ਦੇਖ ਨਿੰਬੂ ਆ ਗਿਆ। ਮੇਰੀ ਤਾਂ ਗੱਲ ਸੁਣੋ ਯਾਰ, ਇੱਕ ਮਿੰਟ ਰੁਕ ਜਾ, ਤੈਨੂੰ ਕੁਛ ਨਹੀਂ ਹੋਣਾ, ਆਪਾਂ ਜਾ ਕੇ ਭੂਤ ਫੜਨਾ ਆ। ਉਹ ਭੂਤ ਫੜ ਜਾਂ ਕੁਛ ਕਰ, ਮੇਰੇ ਤੇ ਹੀ ਤੇ ਇਸੇ ਨਹੀਂ ਮਤਲਬ। ਤੈਨੂੰ 500 ਰੁਪਈਆ ਮਿਲ ਜੂ, ਆਪਾਂ ਭੂਤ ਫੜਨਾ, 2 ਮਿੰਟ ਸਬਰ ਕਰ। ਆਹ ਦੇਖ 3 ਮਿੰਟ ਰੁਕ ਜਾ, ਆਹ 1 ਮਿੰਟ ਰੁਕ ਜਾ, ਟਿੱਕਾ ਤੇਰੇ ਲੱਗ ਗਿਆ ਆ, ਲਾਲ ਖੂਨ ਵਾਲਾ ਹੈਗਾ ਇਹ ਨਿੰਬੂ। ਇੱਥੇ ਮੇਰੇ ਤੇ ਕੀ ਮਤਲਬ ਹੈ ਯਾਰ, ਨਹੀਂ ਇਹ ਕੰਮ ਨਾ ਕਰਿਆ ਕਰ ਭਾਜੀ, ਦੇਖ ਸਿੱਧੀ ਗੱਲ ਹੈ। ਇੱਕ ਮਿੰਟ ਹੱਥ ਕਰ। ਨਹੀਂ ਹੱਥ ਨਹੀਂ ਕਰੂੰਗਾ ਮੈਂ ਕੁਛ ਭਾਜੀ, ਇਹ ਗੱਲ ਹੈ ਨਾ ਕਰਿਆ ਕਰ ਯਾਰ ਤੇਰੇ ਕੋ। ਅਗਰ ਜੋ ਇਹ ਐਸੀ ਬਾਤ ਸੀਗੀ ਯਾਰ, ਤੂੰ ਮੇਰੇ ਕੋ ਬੈਠਾ ਲਿਆ ਨਾ ਹੋਤਾ, ਮੈਂ ਇਸ ਕੰਮ ਤੇ ਨਹੀਂ ਰਹਿਤਾ ਹੂੰ। ਮੈਂ ਦੇਖ ਸਿੱਧਾ ਇਨਸਾਨ, ਐਸਾ ਨਹੀਂ ਕੰਮ ਹੈ ਕਿ ਮੇਰੇ ਕੋ ਪੁੱਠੇ ਕੰਮ ਮੈਂ ਡਾਲੋ, ਇਹ ਕੰਮ ਮਤ ਕਿਆ ਕਰੋ ਮੇਰੇ ਕੋ, ਚਲੋ ਵਹੀਂ ਛੋੜ ਕੇ ਆਓ। ਰੁਕੋ ਜਰਾ ਸਬਰ ਕਰੋ, ਮੇਰੀ ਬਾਤ ਸੁਣ ਪਹਿਲਾਂ। ਦੱਸਾਂ ਕੀ ਕਰਨਾ ਆ, ਤੂੰ ਮੇਰੇ ਨਾਲ ਚੱਲਣਾ ਆ। ਇੱਕ ਨਾ ਤੂੰ ਉਹ ਬੰਦੇ ਜਿਹੜਾ ਜਿਹਦੇ ਵਿੱਚ ਭੂਤ ਆਇਆ ਆ, ਇੱਕ ਤੂੰ ਉਹਦੀ ਲੱਤ ਫੜ ਲਈ, ਲੱਤ ਫੜ ਕੇ ਮੈਂ ਆਪੇ ਕਰ ਲੈਣਾ। ਦੇਖੋ ਭਾਜੀ ਤੂੰ ਬਸ ਨਾ ਜਿਹੜਾ ਨਿੰਬੂ ਦੇ ਵਿੱਚ ਪਾਇਆ ਆਪਾਂ ਕਿੱਲ, ਕਿੱਲਾ ਤੇ ਕਿੱਲ ਆ ਇਹ। ਮੇਰੀ ਗੱਲ ਸੁਣੋ, ਮੈਂ ਇਹ ਕੰਮ ਕਰਨਾ ਨਹੀਂ, ਮੇਰੇ ਕੋਲੋ ਮੇਰੀ ਗੱਲ ਸੁਣੋ, ਇਹ ਸਭ ਨਿਕਾਲੋ ਚਲੋ। ਫੋਨ ਕਰਦਾ ਮੈਂ, ਰੁਕ ਜਾਓ, ਮੈਂ ਐਸਾ ਕੰਮ ਨਹੀਂ ਕਰਤਾ। ਹੈਲੋ, ਮੈਂ ਕਿਹਾ ਜਿਹੜਾ ਮੇਰੇ ਨਾਲ ਬੰਦਾ ਸੀਗਾ, ਉਹ ਇਹ ਕੰਮ ਮੇਰੇ ਬਸ ਕਾ ਬਾਤ ਨਹੀਂ ਹੈ। ਗੇਟ ਨਹੀਂ ਖੋਲਨੇ ਕਾ, ਗੇਟ ਨਹੀਂ ਖੋਲਨੇ ਕਾ। ਹਾਂ ਤਾਂ ਮੈਂ ਕਿਹਾ ਇੱਦਾਂ ਕਰੋ ਤੁਸੀਂ ਨਾ ਇਹਨੂੰ ਜਲਦੀ ਜਲਦੀ ਲੈ ਕੇ ਜਾਓ। ਹਾਂ ਹਾਂ ਇਹਨੂੰ ਬਾਹਰ ਵੜੋ, ਮੈਂ ਬੰਦਾ ਮੇਰੇ ਕੋਲ ਹੈਗਾ ਆ, ਇਹ ਹੁਣ ਭੱਜਦਾ ਪਿਆ ਆ। ਮੈਂ ਨਹੀਂ ਇਹ ਕੰਮ ਕਰੂੰਗਾ। ਹਾਂ ਨਿੰਬੂ ਦੇ ਵਿੱਚ ਮੈਂ ਕਿੱਲ ਕੱਢਦਾ ਆ, ਟਿੱਕਾ ਇਹਦੇ ਲੱਗਾ ਪਿਆ ਆ। ਛੋੜੋ ਯਾਰ, ਨਹਿਰ ਤੇ ਮੈਂ ਆ ਗਿਆ ਆ। ਹੁਣ ਤੁਸੀਂ ਇੱਦਾਂ ਕਰੋ ਨਾ, ਇਹਨੂੰ ਗੇਟ ਤੇ ਬਾਹਰ ਲੈ ਕੇ ਆਓ, ਬੰਦਾ ਮੇਰੇ ਕੋਲ ਆ ਗਿਆ, ਇਹਨੇ ਲੱਤ ਫੜ ਲੈਣੀ ਆ ਉਹਦੀ, ਲੱਤ ਫੜ ਕੇ ਤਾਂ ਤੁਸੀਂ ਇੱਦਾਂ ਕਰਿਓ, ਮੈਂ ਕੁਛ ਇਹਨੂੰ ਫੜ, ਸਿੱਧੀ ਗੱਲ ਹੈ ਮੈਂ ਇਹ ਕੰਮ ਤੇ ਨਹੀਂ ਕਰਦਾ। ਇਹਦੇ ਅੰਦਰ ਆਪਾਂ ਨਾ ਉਹਦੀ ਆਤਮਾ ਪਾ ਦੇਣੀ ਆ। ਹਾਂ ਇਹਦੇ ਅੰਦਰ ਆਪਾਂ ਕੁੱਤੇ ਦੀ ਆਤਮਾ ਪਾ ਦੇਣੀ। ਮੈਂ ਇਹ ਕੋਈ ਕੰਮ, ਸੰਜੇ ਸੰਜੇ ਨਾਮ, ਇਹਦਾ ਸੰਜੇ ਨਾਮ ਲਿਖੋ, ਜਲਦੀ ਨਾਮ ਲਿਖੋ ਸੰਜੇ। ਇਹਨੂੰ ਬੰਦ ਕਰੋ, ਬੰਦ ਕਰੋ ਜਲਦੀ। ਮੁਰਗਾ ਵੱਢੋ, ਮੁਰਗਿਆਂ ਦਾ ਵੱਢੋ, ਮੈਨੂੰ ਇਹਦਾ ਖੂਨ ਚਾਹੀਦਾ ਸੰਜੇ ਦਾ, ਥੋੜਾ ਜਿਹਾ ਇੱਕ ਬੂੰਦ ਖੂਨ ਚਾਹੀਦਾ ਬਸ, ਸੰਜੇ ਦਾ ਇੱਕ ਬੂੰਦ ਖੂਨ। ਖਤਮ। ਮੈਂ ਕਿਹਾ ਗਾੜੀ ਰੋਕੋ ਯਾਰ, ਇੱਕ ਬੂੰਦ ਖੂਨ, ਰੁਕ ਰੁਕ ਰੁਕ, ਇੱਦਾਂ ਨਹੀਂ ਗੱਡੀ ਰੁਕਣੀ, ਰੁਕ। ਹੈਲੋ ਰਾਕੇਸ਼ ਭਾਈ, ਯਾਰ ਇਹ ਬੰਦਾ ਮੇਰੇ ਕੋ ਯਾਰ ਵਹਾਂ ਸੇ ਮੰਡੀ ਤੇ ਬੈਠਾ ਲਾ ਇੱਕ ਗੱਡੀ ਮੇ ਹੈ, ਔਰ ਹੁਣ ਇਹ ਅਬ ਕਹਤਾ ਹੈ ਕਹਦਾ ਵਹਾਂ ਇਹ ਕਰਨਾ ਹੈ ਵੋ ਕਰਨਾ ਹੈ। ਅਬ ਇਹ ਆਪ ਨਾ ਪੂਰੇ ਨੋਟ, ਮੇਰੀ ਬਾਤ ਕਰਾਓ, ਮੇਰੀ ਬਾਤ ਕਰਾਓ, ਰਾਕੇਸ਼ ਸੇ ਬਾਤ ਕਰਾਓ, ਤਾਂ ਕਿ ਬੰਦ ਕਰੋ, ਗੇਟ ਬੰਦ ਕਰੋ। ਹੈਲੋ ਹੈਲੋ
हाँ राकेश भाई, कहाँ पर हो आप? चलो आ गए हम आपके घर, आपके घर में आ गए। बात ऐसे है, मेरी बात सुनो। मोबाइल दो मेरे को। संजय मेरी बात सुनो। मैं सुन लूंगा मोबाइल। पहले मेरी बात सुनो, मोबाइल देता हूँ, मोबाइल देता हूँ, इसे बंद करो, मैं मोबाइल देता हूँ। बाय बाय टाटा गुड बाय गया। आओ नीचे पानी है, नीचे कोई ना पानी है तो क्या होगा यार, ऐसा थोड़ी हम ये काम बेवकूफ वाला ना करते हैं। रोको 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 रोको, गाड़ी रोको। हाँ जी अब बोलना है। ओ संजय, मैं मजाक करता सी यार, कैमरा लगा यार। ओ यार ये तो भज गया, ये तो भज गया नहर दे विच, गड्डी बंद करके इन्हू रोक जाना पैना। ओ संजय ਨਾ ਮਜ਼ਾਕ ਕਰਦਾ ਸੀ ਤੇਰੇ ਨਾਲ, ਮੈਂ ਨਾ ਵੀਡੀਓ ਬਣਾਉਂਦਾ ਸੀ। ਉਹ ਮੇਰੀ ਗੱਲ ਤਾਂ ਸੁਣ ਲੈ ਇੱਕ ਵਾਰ, ਉਹਨੇ ਉਹ ਗੱਲ ਤਾਂ ਸੁਣ ਲਾ ਮੇਰੀ, ਨਹਿਰ ਦੇ ਵਿੱਚੋਂ ਮਸੀ ਬਾਹਰ ਕੱਢਿਆ, ਬਾਹਰ ਨਹੀਂ ਆਉਂਦਾ ਸੀ। ਸੰਜੇ ਸ਼ਾਹ ਚੱਲ ਵੇ ਕਹਿ ਦੇ ਗੌਰਵ ਪਾਪਾ ਨੂੰ ਸਬਸਕ੍ਰਾਈਬ ਕਰ ਲਓ ਇੱਕ ਵਾਰ, ਕਹਿ ਦੇ ਵੇ ਸੰਜੇ, ਕਹਿ ਦੇ ਗੌਰਵ ਪਾਪਾ ਨੂੰ ਸਬਸਕ੍ਰਾਈਬ ਕਰ ਦੇ। ਨਹੀਂ ਗੌਰਵ ਪਾਪਾ ਨੂੰ ਗੌਰਵ ਪਾਵਾ ਨੂੰ ਸਬਸਕ੍ਰਾਈਬ ਕਰ ਦੋ, ਸਬਸਕ੍ਰਾਈਬ ਕਰ ਦੋ ਏਦਾਂ।